ਪਿਆਰੇ ਵਿਦਿਆਰਥੀਓ ਕੋਵਿਡ-19 ਦੇ ਚੱਲਦਿਆਂ ਗਵਰਨਮੈਂਟ ਆਫ ਇੰਡੀਆ ਵੱਲੋਂ ਗਵਰਨਮੈਂਟ ਆਫ ਪੰਜਾਬ ਵੱਲੋਂ ਸਾਰੇ ਸਕੂਲ ਹੁਣ ਬੰਦ ਨੇ ਤੇ ਸਕੂਲ ਬੰਦ ਹੋਣ ਕਰਕੇ ਤੁਸੀਂ ਸਾਰੇ ਆਨਲਾਈਨ ਹੀ ਪੜ੍ਹਾਈ ਕਰ ਰਹੇ ਹੋ। ਪ੍ਰੰਤੂ ਜਦੋਂ ਬਟਾ ਤੁਸੀਂ ਆਨਲਾਈਨ ਐਜੂਕੇਸ਼ਨ ਲੈ ਰਹੇ ਹੋ ਤਾਂ ਤੁਹਾਡੇ ਲਈ ਤੁਹਾਡੇ ਸਕੂਲਾਂ ਦੇ ਟੀਚਰਸ ਤੇ ਖਾਸ ਤੌਰ ਤੇ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਗਵਰਨਮੈਂਟ ਆਫ ਪੰਜਾਬ ਬਹੁਤ ਜ਼ਿਆਦਾ ਐਫਰਟਸ ਕਰ ਰਿਹਾ ਹੈ। ਤੇ ਗਵਰਨਮੈਂਟ ਆਫ ਪੰਜਾਬ ਦੇ ਜਾਂ ਸਾਡੇ ਡਿਪਾਰਟਮੈਂਟ ਆਫ ਸਕੂਲ এডੂਕੇਸ਼ਨ ਦੇ ਜਿਹੜੇ ਐਫਰਟਸ ਨੇ ਉਹਨਾਂ ਦੇ ਵਿੱਚੋਂ ਇੱਕ ਐਫਰਟ ਹੈ ਪੰਜਾਬ ਐਜੂਕੇਅਰ ਐਪ ਅੱਜ ਬੇਟਾ ਤੁਹਾਡੇ ਕੋਲੇ ਜਿੰਨੇ ਵੀ ਤੁਹਾਡੇ ਵੀਡੀਓ ਲੈਕਚਰਸ ਨੇ ਉਹ ਤੁਹਾਡੇ ਇਸ ਐਪ ਦੇ ਵਿੱਚ ਡਾਊਨਲੋਡ ਅਪਲੋਡ ਕੀਤੇ ਹੋਏ ਹੈ ਡਿਪਾਰਟਮੈਂਟ ਵੱਲੋਂ ਸਿਮਿਲਰਲੀ ਤੁਹਾਡੀਆਂ ਅਸਾਈਨਮੈਂਟਸ ਹਰ ਰੋਜ਼ ਦੀਆਂ ਅਸਾਈਨਮੈਂਟਸ ਬੇਟਾ ਇਸ ਐਪ ਤੇ ਉੱਤੇ ਆ ਰਹੀਆਂ ਨੇ ਤੁਹਾਡੇ ਅਸਾਈਨਮੈਂਟਸ ਸੋਲਵਡ ਵੀ ਇਹਦੇ ਉੱਤੇ ਆ ਰਹੀਆਂ ਐ ਇਸੇ ਪ੍ਰਕਾਰ ਤੁਹਾਡਾ ਕੋਈ ਵੀ ਕੁਐਸਚਨ ਬੈਂਕ ਹੈਗਾ ਉਹ ਇਹਦੇ ਉੱਤੇ ਅਪਲੋਡ ਕੀਤਾ ਹੋਇਆ ਹੈ ਡੇਲੀ ਦੀ ਸਲਾਈਡ ਇਸ ਦੇ ਉੱਤੇ ਆ ਰਹੀ ਹੈ ਜਿਹੜੀ ਕਿ ਤੁਸੀਂ ਕਰ ਸਕਦੇ ਹੋ ਸੋ ਜੇ ਤੁਸੀਂ ਪੰਜਾਬ ਐਜੂਕੇਅਰ ਐਪ ਦੇ ਨਾਲ ਜੁੜੋਗੇ ਤਾਂ ਬੇਟਾ ਤੁਸੀਂ ਘਰ ਬੈਠੇ ਬਹੁਤ ਵਧੀਆ ਤਰੀਕੇ ਨਾਲ ਇੱਕ ਪਲਾਨਡ ਵੇ ਦੇ ਵਿੱਚ ਤਿਆਰੀ ਕਰ ਸਕਦੇ ਹੋ ਪਰ ਸਿਰਫ ਤੁਹਾਡੀ ਰੈਗੂਲਰਿਟੀ ਚਾਹੀਦੀ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੀ ਦੱਸੂਗਾ ਕਿ ਪੰਜਾਬ ਐਜੂਕੇਅਰ ਐਪ ਨੂੰ ਕਿਸ ਤਰ੍ਹਾਂ ਯੂਜ਼ ਕੀਤਾ ਜਾਵੇ ਇਸ ਦੇ ਲਈ ਬੇਟਾ ਤੁਸੀਂ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਦਾ ਪਲੇ ਸਟੋਰ ਖੋਲੋਗੇ ਤੇ ਪਲੇ ਸਟੋਰ ਦੇ ਵਿੱਚ ਜਾ ਕੇ ਬੇਟਾ ਤੁਸੀਂ ਪੰਜਾਬ ਐਜੂਕੇਅਰ ਲਿਖੋਗੇ ਬੇਟਾ ਜਦੋਂ ਪੰਜਾਬ ਐਜੂਕੇਅਰ ਲਿਖੋਗੇ ਤਾਂ ਇਸ ਤਰ੍ਹਾਂ ਦਾ ਸਿੰਬਲ ਆਏਗਾ ਇਸ ਐਪ ਨੂੰ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਇੰਸਟਾਲ ਕਰ ਲੈਣਾ ਤਾਂ ਬੇਟਾ ਹਰ ਇੱਕ ਸਟੂਡੈਂਟ ਦੇ ਮੋਬਾਈਲ ਦੇ ਵਿੱਚ ਇਹ ਐਪ ਇੰਸਟਾਲਡ ਹੋਣੀ ਚਾਹੀਦੀ ਹੈ ਸਿਰਫ 7 MB ਦੀ ਐਪ ਹੈ ਤੇ ਕੰਮ ਬਹੁਤ ਜ਼ਿਆਦਾ ਬੇਟਾ ਸਾਡਾ ਕਰਦੀ ਗਈ ਇਹ ਆਸਾਨ ਕਰ ਦੇਗੀ ਸਾਡਾ ਕੰਮ ਤਾਂ ਇਹ ਐਪ ਹੁਣ ਆਲਮੋਸਟ ਇੰਸਟਾਲ ਹੋ ਗਈ ਦੇਖੋ ਇਸ ਨੇ ਹਾਰਡਲੀ 1 ਮਿੰਟ ਲਿਆ ਇੰਸਟਾਲ ਹੋਣ ਦੇ ਵਿੱਚ ਤੇ ਸਾਡੇ ਮੋਬਾਈਲ ਦੀ ਬਹੁਤ ਹੀ ਜ਼ਿਆਦਾ ਮੈਮਰੀ ਵੀ ਇਸ ਨੇ ਯੂਜ਼ ਨਹੀਂ ਕੀਤੀ ਐਪ ਬੇਟਾ ਜਿਦੋਂ ਅਸੀਂ ਇਸ ਨੂੰ ਓਪਨ ਕਰਦੇ ਹਾਂ ਇਨਸਟਾਲੇਸ਼ਨ ਕੰਪਲੀਟ ਹੋਣ ਤੋਂ ਬਾਅਦ ਦੇ ਵਿੱਚ ਤਾਂ ਇਹ ਬਟਾ ਇਸ ਦਾ ਮੇਨ ਜਿਹੜਾ ਟਾਈਟਲ ਪੇਜ ਹੈਗਾ ਉਹ ਖੁੱਲ ਗਿਆ ਆਨਲਾਈਨ ਐਜੂਕੇਸ਼ਨ ਤਾਂ ਇਸ ਦੇ ਵਿੱਚ ਬੇਟਾ ਕਿਹੜੀਆਂ-ਕਿਹੜੀਆਂ ਆਪਸ਼ਨਸ ਨੇ ਇਹਨਾਂ ਸਾਰੀਆਂ ਆਪਸ਼ਨਸ ਨੂੰ ਅਸੀਂ ਹੁਣ ਵੇਖਣਾ ਹੈ ਕਿ ਸਾਡੇ ਲਈ ਕਿਸ ਤਰ੍ਹਾਂ ਕੰਮ ਆ ਸਕਦੀਆਂ ਨੇ ਤੁਸੀਂ ਬੇਟਾ ਸਟੂਡੈਂਟ ਕਾਰਨਰ ਦੇ ਵਿੱਚ ਜਾਣਾ ਹੈ ਇਸ ਦੇ ਵਿੱਚ ਇੱਥੇ ਸਟੂਡੈਂਟ ਕਾਰਨਰ ਹੈ ਤੁਸੀਂ ਸਟੂਡੈਂਟ ਕਾਰਨਰ ਨੂੰ ਜਦੋਂ ਕਲਿੱਕ ਕਰੋਗੇ ਇਸ ਦੇ ਵਿੱਚ ਬੇਟਾ ਦੇਖੋ ਇਹ ਅਲੱਗ-ਅਲੱਗ ਹੈਗਾ ਪ੍ਰਾਇਮਰੀ ਵਿੰਗ ਹੈ ਸੈਕੰਡਰੀ ਵਿੰਗ ਹੈ ਸੀਨੀਅਰ ਸੈਕੰਡਰੀ ਵਿੰਗ ਹੈ ਤੁਸੀਂ ਜੇ ਬੇਟਾ 5ਵੀਂ ਤੱਕ ਪੜ ਰਹੇ ਹੋ ਤਾਂ ਪ੍ਰਾਇਮਰੀ ਵਿੰਗ ਓਪਨ ਕਰੋਗੇ 6ਵੀਂ ਤੋਂ 10ਵੀਂ ਤੱਕ ਸੈਕੰਡਰੀ ਵਿੰਗ ਤੇ 11ਵੀਂ 12ਵੀਂ ਦੇ ਲਈ ਸੀਨੀਅਰ ਸੈਕੰਡਰੀ ਵਿੰਗ ਜਿਸ ਤਰ੍ਹਾਂ ਅੱਜ ਤੁਹਾਨੂੰ ਮੈਂ ਇਸ ਦੀ ਜਿਹੜੀ ਮੇਨ ਟ੍ਰੇਨਿੰਗ ਹੈ ਉਹ ਸੀਨੀਅਰ ਸੈਕੰਡਰੀ ਦੇ ਨਾਲ ਰਿਲੇਟਡ ਦੇ ਰਿਹਾ ਹਾਂ ਹੁਣ ਬੇਟਾ ਅਸੀਂ ਇਸ ਦਾ ਜਿਹੜਾ ਇਹ ਨੀਚੇ ਵਾਲਾ ਪਾਸਟ ਪੋਰਸ਼ਨ ਹੈਗਾ ਸੀਨੀਅਰ ਸੈਕੰਡਰੀ ਇਸ ਨੂੰ ਓਪਨ ਕਰਨ ਜਾ ਰਹੇ ਹਾਂ ਜਦੋਂ ਇਸ ਲਿੰਕ ਨੂੰ ਓਪਨ ਕਰਦੇ ਹਾਂ ਤਾਂ ਸਾਡੇ ਕੋਲੇ ਬੇਟਾ ਉੱਪਰ ਸਭ ਤੋਂ ਉੱਪਰ ਆ ਰਿਹਾ ਹੈ ਡੇਲੀ ਸਲਾਈਡ ਉਸ ਤੋਂ ਬਾਅਦ ਚ ਅਸਾਈਨਮੈਂਟਸ ਤੇ ਉਸ ਤੋਂ ਬਾਅਦ ਬੇਟਾ ਅਲੱਗ-ਅਲੱਗ ਗਰੁੱਪ ਸ਼ੁਰੂ ਸ਼ੋ ਹੋ ਰਹੇ ਆ ਤਾਂ ਸਭ ਤੋਂ ਪਹਿਲਾਂ ਬੇਟਾ ਅਸੀਂ ਜਿਵੇਂ ਇਸ ਦੇ ਵਿੱਚ ਮੈਂ 10+1 ਦਾ ਸਾਇੰਸ ਗਰੁੱਪ ਓਪਨ ਕੀਤਾ ਜਦੋਂ 10+1 ਦਾ ਸਾਇੰਸ ਗਰੁੱਪ ਓਪਨ ਕੀਤਾ ਤਾਂ ਮੇਰੇ ਕੋਲੇ ਸਾਰੇ ਸਬਜੈਕਟ ਇਸ ਦੇ ਓਪਨ ਹੋ ਗਏ ਇਹਦੇ ਵਿੱਚ ਬੇਟਾ ਹੁਣ ਮੈਂ ਬਾਇਓਲੋਜੀ ਸਬਜੈਕਟ ਨੂੰ ਓਪਨ ਕਰ ਰਹੇ ਹਾਂ ਜਿਵੇਂ ਹੀ ਬਾਇਓਲੋਜੀ ਸਬਜੈਕਟ ਨੂੰ ਓਪਨ ਕੀਤਾ ਤਾਂ ਮੇਰੇ ਕੋਲੇ ਬਾਇਓਲੋਜੀ ਦਾ ਸਿਲੇਬਸ ਇਸ ਦੀ ਟੈਕਸਟ ਬੁੱਕ ਪੂਰੀ ਟੈਕਸਟ ਬੁੱਕ ਦਾ ਪੀਡੀਫ ਤੇ ਇਸ ਦਾ ਵੀਡੀਓ ਮਟੀਰੀਅਲ ਤੇ ਐਜੂ ਸੈਟ ਦੇ ਜਿੰਨੇ ਵੀ ਲੈਕਚਰਸ ਨੇ ਬੇਟਾ ਉਹ ਬਹੁਤ ਸਾਰੇ ਬੱਚੇ ਬਾਰ-ਬਾਰ WhatsApp ਦੇ ਉੱਤੇ ਆਪਣੇ ਟੀਚਰਸ ਨੂੰ ਸਿਲੇਬਸ ਵਗੈਰਾ ਮੰਗਦੇ ਆ ਤਾਂ ਬੇਟਾ ਤੁਹਾਡੇ ਕੋਲੇ ਐਪ ਡਾਊਨਲੋਡ ਇੱਥੇ ਤੁਸੀਂ ਇੰਸਟਾਲ ਕੀਤੀ ਹੋਊਗੀ ਤਾਂ ਸਿਰਫ 7MB ਦੀ ਐਪ ਸਭ ਕੁਝ ਤੁਹਾਨੂੰ ਪਿਆ ਤੇ ਬਾਰ-ਬਾਰ ਆਪਣੀ ਗੈਲਰੀ 'ਚ ਜਾ ਕੇ ਮੱਥਾ ਮਾਰਨ ਦੀ ਵੀ ਨਹੀਂ ਲੋੜ ਵੀ ਕਿੱਥੇ ਪਿਆ ਹੈ ਸਿਲੇਬਸ ਅਸੀਂ ਖੋਲਦੇ ਆਂ ਦੇਖੋ ਸਿਲੇਬਸ ਇੱਥੇ 2023 ਕੀ ਦਾ ਆ ਗਿਆ ਜਿਵੇਂ ਤੁਸੀਂ ਇਸ ਦੇ ਉੱਤੇ ਕਰੋਗੇ ਬੇਟਾ ਤਾਂ ਤੁਹਾਡਾ ਸਿਲੇਬਸ PDF ਦੀ ਫਾਰਮ ਦੇ ਵਿੱਚ ਤੁਹਾਡੇ ਮੋਬਾਈਲ ਦੇ ਵਿੱਚ ਬਟਾ ਉਹ ਡਾਊਨਲੋਡ ਹੋਣਾ ਸ਼ੁਰੂ ਹੋ ਜੂ ਇਸ ਤਰੀਕੇ ਨਾਲ ਸਿਲੇਬਸ ਆ ਜੂਗਾ ਸੱਤ ਪੇਜਾਂ ਤੇ ਤੁਹਾਡਾ ਸਿਲੇਬਸ ਹੈ ਸਿਰਫ ਸਾਇੰਸ ਗਰੁੱਪ ਦਾ ਸਿਲੇਬਸ ਇਹਦੇ ਵਿੱਚ ਬਟਾ ਜਿਹੜਾ ਦਿੱਤਾ ਹੋਇਆ ਹੈ ਜਿਹੜਾ ਪ੍ਰੈਜ਼ੈਂਟ ਸਿਲੇਬਸ ਹੈਗਾ ਐਟ ਪ੍ਰੈਜ਼ੈਂਟ ਤਾਂ ਤੁਸੀਂ ਇਸ ਤੋਂ ਬਾਅਦ ਇੱਥੇ ਆ ਐਰੋ ਦਿੱਤਾ ਹੋਇਆ ਹੈ ਇਹ ਡਾਊਨਲੋਡ ਦਾ ਨਿਸ਼ਾਨ ਹੈ ਜਿਵੇਂ ਤੁਸੀਂ ਬਟਾ ਇੱਥੇ ਡਾਊਨਲੋਡ ਕਰੋਗੇ ਤਾਂ ਇਹ ਜਿਹੜਾ ਸਿਲੇਬਸ ਹੈਗਾ ਤੁਹਾਡੇ ਮੋਬਾਈਲ ਦੇ ਵਿੱਚ ਡਾਊਨਲੋਡ ਹੋਣਾ ਸ਼ੁਰੂ ਹੋ ਜੂਗਾ ਤੇ ਇਹ ਮੰਗ ਰਿਹਾ ਪੁੱਛ ਰਿਹਾ డు ਯੂ ਵਾਂਟ ਟੂ ਡਾਊਨਲੋਡ ਦਾ ਫਾਈਲ ਯੈਸ ਅਸੀਂ ਡਾਊਨਲੋਡ ਕਰ ਅਸੀਂ ਯੈਸ ਕੀਤਾ ਜਿਹੜੀ ਇਹ ਸਿਲੇਬਸ ਹੈਗਾ ਸਿਲੇਬਸ ਬੇਟਾ ਸਾਡੇ ਮੋਬਾਈਲ ਦੇ ਵਿੱਚ ਡਾਊਨਲੋਡ ਹੋ ਗਿਆ ਉੱਪਰ ਦੇਖੋ ਡਾਊਨਲੋਡ ਹੋ ਕੇ ਆ ਚੁੱਕਿਆ ਹੈ ਇਸ ਨੂੰ ਅਸੀਂ ਜਦੋਂ ਖੋਲਾਂਗੇ ਤਾਂ ਇਹ ਬੇਟਾ ਇੱਕ ਪੀਡੀਐਫ ਦੀ ਫਾਰਮ ਦੇ ਵਿੱਚ ਸਾਡੇ ਮੋਬਾਈਲ ਦੇ ਵਿੱਚ ਸਿਲੇਬਸ ਜਿਹੜਾ ਉਹ ਖੁੱਲ ਜੂਗਾ ਤਾਂ ਸਾਰਾ ਸਿਲੇਬਸ ਬੇਟਾ ਜਿਹੜਾ ਉਹ ਮੋਬਾਈਲ ਦੇ ਵਿੱਚ ਆ ਗਿਆ ਸਾਰੇ ਸਬਜੈਕਟਸ ਦਾ ਫਿਜ਼ਿਕਸ కెਮਿਸਟਰੀ ਬਾਇਓ ਇਨਕਲੂਡਿੰਗ ਪ੍ਰੈਕਟੀਕਲਸ ਬੇਟਾ ਸਾਰਾ ਸਿਲੇਬਸ ਸਾਡੇ ਕੋਲ ਇੱਥੇ ਆ ਚੁੱਕਿਆ ਕਿਉਂਕਿ ਅਸੀਂ ਬਾਇਓਲੋਜੀ ਸਬਜੈਕਟ ਖੋਲੇ ਸੀ ਤਾਂ ਬਾਇਓ ਦਾ ਸਿਲੇਬਸ ਸੀਐਸ ਦੇ ਵਿੱਚ ਆਇਆ ਹੈ ਤਾਂ ਇਸ ਇਸੇ ਪ੍ਰਕਾਰ ਹੀ ਤੁਹਾਡੇ ਕੋਲੇ ਬਾਇਓਲੋਜੀ ਦੀ ਬੁੱਕ ਇੰਗਲਿਸ਼ ਮੀਡੀਅਮ ਚ ਵੀ ਹੈ ਪੰਜਾਬੀ ਚ ਵੀ ਹੈ ਹਿੰਦੀ ਮੀਡੀਅਮ ਦੇ ਵਿੱਚ ਵੀ ਜਿਹੜੇ ਵੀ ਮੀਡੀਅਮ ਚ ਤੁਸੀਂ ਪੜ੍ਹਨਾ ਚਾਹੁੰਦੇ ਹੋ ਉਹ ਬੁੱਕ ਤੁਸੀਂ ਇੱਥੋਂ ਬੇਟਾ ਡਾਊਨਲੋਡ ਕਰ ਸਕਦੇ ਹੋ ਜਿਵੇਂ ਆਪਾਂ ਇੱਥੇ ਇੰਗਲਿਸ਼ ਮੀਡੀਅਮ ਦੀ ਬੁੱਕ ਤੇ ਕਰਦੇ ਆਂ ਬੇਟਾ ਕਲਿੱਕ ਕਰਦੇ ਆਂ ਤਾਂ ਨਾਲ ਦੀ ਨਾਲ ਹੀ ਇੱਥੇ ਉਸੇ ਤਰੀਕੇ ਨਾਲ ਹੀ ਆ ਜਾਏਗਾ ਕਿ ਅਸੀਂ ਇਸ ਨੂੰ ਡਾਊਨਲੋਡ ਕਰਨਾ ਹੈਗਾ ਤਾਂ ਇਸ ਤੋਂ ਬਾਅਦ ਚਾਹ ਵੀਡੀਓ ਮਟੀਰੀਅਲ ਵੀਡੀਓ ਮਟੀਰੀਅਲ ਦੇ ਵਿੱਚ ਦੇਖੋ ਬੇਟਾ ਹਰ ਇੱਕ ਚੀਜ਼ ਬੜੀ ਹੀ ਪਲਾਨਡ ਵੇ ਦੇ ਵਿੱਚ ਤੁਹਾਨੂੰ ਦਿੱਤੀ ਹੋਈ ਹੈ ਪਹਿਲਾ ਚੈਪਟਰ ਹੈ ਬੇਟਾ ਪਲੱਸ 1 ਦਾ ਖੋਲਿਆ ਹੋਇਆ ਹੈ ਦੂਜਾ ਚੈਪਟਰ ਹੈ ਸਾਰੇ ਕਿੰਗਡਮਸ ਤੀਸਰਾ ਚੈਪਟਰ ਆ ਗਿਆ ਬੇਟਾ ਇਸੇ ਪ੍ਰਕਾਰ ਹੀ ਫੋਰਥ ਚੈਪਟਰ ਫਿਫਥ ਚੈਪਟਰ ਜਿਹੜਾ ਵੀ ਤੁਸੀਂ ਚੈਪਟਰ ਪੜ੍ਹਨਾ ਹੈ ਜਿਹਦੀ ਵੀ ਤੁਸੀਂ ਵੀਡੀਓ ਵੇਖਣੀ ਹੈ ਉਹੀ ਵੀਡੀਓਜ਼ ਬੇਟਾ ਚੈਪਟਰ ਵਾਈਜ਼ ਇੱਥੇ ਅਵੇਲੇਬਲ ਨੇ ਜਿਵੇਂ ਇਹ ਸੈੱਲ ਦਾ ਯੂਨਿਟ ਆਫ ਲਾਈਫ ਇਸ ਦੀਆਂ ਦੋ ਵੀਡੀਓਜ਼ ਪ੍ਰੈਜ਼ੈਂਟ ਹੈਗੀਆਂ ਨੇ ਬੇਟਾ ਤੁਸੀਂ ਰੂਟ ਦੇ ਕੈਰੈਕਟ੍ਰਿਸਟਿਕਸ ਦੀ ਵੀਡੀਓ ਵੇਖਣੀ ਹੈ ਉਸੇ ਦੇ ਉੱਤੇ ਤੁਸੀਂ ਕਲਿੱਕ ਕਰੋਗੇ ਜਿਵੇਂ ਹੀ ਬੇਟਾ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡੇ ਕੋਲੇ ਵੀਡੀਓ ਜਿਹੜੀ ਇਸ ਦੇ ਵਿੱਚ ਪਲੇ ਹੋ ਜਾਏਗੀ ਦੇਖੋ ਇੱਥੇ ਵੀਡੀ ਤਾਂ ਹਰ ਇੱਕ ਤਰ੍ਹਾਂ ਦੀ ਵੀਡੀਓ ਬਟਾ ਜਿਹੜੀ ਹੈਗੀ ਉਹ ਬਹੁਤ ਵਧੀਆ ਵੀਡੀਓਜ਼ ਜਿਹੜੀਆਂ ਇੱਥੇ ਕੰਟੈਂਟ ਤੁਹਾਡੇ ਲਈ ਦਿੱਤਾ ਹੋਇਆ ਹੈਗਾ ਸੋ ਇਹ ਵੀਡੀਓਜ਼ ਕਦੋਂ ਵੀ ਤੁਸੀਂ ਵੇਖ ਸਕਦੇ ਹੋ ਪਹਿਲਾਂ ਬੁੱਕ ਚੋ ਟਾਪਿਕ ਨੂੰ ਪੜੋ ਰਿਵਾਈਜ਼ ਕਰਨਾ ਇੱਥੇ ਇੱਕ ਵਾਰੀ ਵੀਡੀਓ ਦੇਖੋ ਬਹੁਤ ਵਧੀਆ ਰਿਵਾਈਜ਼ ਹੋ ਜਾਏਗਾ ਤਾਂ ਇਸੇ ਪ੍ਰਕਾਰ ਹੀ ਬੇਟਾ కెਮਿਸਟਰੀ ਦਾ ਸਿਲੇਬਸ ਇਹਦੇ ਵਿੱਚ ਪਿਆ ਸਿਲੇਬਸ ਟੈਕਸਟਬੁੱਕ ਤੇ ਸਾਰੀਆਂ ਵੀਡੀਓਜ਼ ਇਸੇ ਪ੍ਰਕਾਰ ਹੀ ਫਿਜ਼ਿਕਸ ਦਾ ਪਿਆ ਮੈਥਮੈਟਿਕਸ ਜਨਰਲ ਪੰਜਾਬੀ ਜਨਰਲ ਇੰਗਲਿਸ਼ ਸਾਇੰਸ ਗਰੁੱਪ ਦੇ ਸਾਰੇ ਸਬਜੈਕਟ ਨੇ ਇਸੇ ਪ੍ਰਕਾਰ ਹੀ ਆਰਟਸ ਨੇ ਜਿਹੜਾ ਵੀ ਸਬਜੈਕਟ ਤੁਸੀਂ ਦੇਖਣਾ ਸਾਰਾ ਮਟੀਰੀਅਲ ਬੇਟਾ ਇਸ ਐਜੂਕੇਅਰ ਐਪ ਦੇ ਵਿੱਚ ਪ੍ਰੈਜ਼ੈਂਟ ਹੈ ਇਸ ਤੋਂ ਇਲਾਵਾ ਇਹ ਐਪ ਹੋਰ ਸਾਡੇ ਲਈ ਕੀ ਕਰ ਰਹੀ ਹੈ ਬੇਟਾ ਮੈਂ ਇੱਥੋਂ ਜਦੋਂ ਬਾਹਰ ਆ ਰਹੇ ਹਾਂ ਤਾਂ ਇਸ ਦੇ ਉੱਪਰ ਹੋਰ ਜਿਹੜੇ ਲਿੰਕ ਹੈਗੇ ਨੇ ਇਹਨਾਂ 'ਚ ਡੇਲੀ ਸਲਾਈਡ ਤੇ ਡੇਲੀ ਅਸਾਈਨਮੈਂਟ ਮੈਂ ਹੁਣ ਡੇਲੀ ਅਸਾਈਨਮੈਂਟ ਦਾ ਲਿੰਕ ਓਪਨ ਕਰ ਰਹੇ ਹਾਂ ਡੇਲੀ ਅਸਾਈਨਮੈਂਟ ਦੇ ਵਿੱਚ ਤੁਹਾਡੇ ਕੋਲ ਸਬਜੈਕਟ ਆਗੇ ਫਿਜ਼ਿਕਸ, కెਮਿਸਟਰੀ, ਬਾਇਓਲੋਜੀ ਜਿਵੇਂ ਮੰਨ ਲਓ ਅਸੀਂ ਬਾਇਓਲੋਜੀ ਸਬਜੈਕਟ ਖੋਲਣਾ ਹੈ ਇਹ ਚ April ਤੋਂ ਬੇਟਾ ਅਸਾਈਨਮੈਂਟਸ ਆਉਣੀਆਂ ਸ਼ੁਰੂ ਹੋਈਆਂ ਨੇ April, May ਦੀਆਂ ਹੋ ਗਈਆਂ, July ਦੀਆਂ ਹੋ ਗਈਆਂ, August ਦੀਆਂ ਹੋ ਗਈਆਂ ਜਿਵੇਂ ਹੁਣ July, August ਹੈ। ਅਸੀਂ August ਦੇ ਵਿੱਚ 10+2 ਕਲਾਸ ਖੋਲਦੇ ਹਾਂ। ਤਾਂ ਜਿਵੇਂ ਓਪਨ ਹੋਈ ਦੇਖੋ ਇੱਥੇ ਤਰੀਕ ਦੇ ਅਨੁਸਾਰ 2, 3, 4, 5 ਸਾਰੀਆਂ ਅਸਾਈਨਮੈਂਟਸ ਇੱਥੇ ਬੇਟਾ ਓਪਨ ਹੋ ਗਈਆਂ। ਤੁਸੀਂ ਇਦੇ ਵਿੱਚੋਂ ਅੱਜ 29th ਆਫ ਅਗਸਟ ਹੈਗੀ ਐ ਇਸ ਅਸਾਈਨਮੈਂਟ ਨੂੰ ਜਦੋਂ ਮੈਂ ਓਪਨ ਕਰਦਾ ਬੇਟਾ ਇਹ ਸਾਡੀ ਅਸਾਈਨਮੈਂਟ ਨੰਬਰ ਅੱਜ 37 ਆਈ ਸੀ ਹਾਂ 37 ਨੰਬਰ ਅਸਾਈਨਮੈਂਟ ਸੀਗੀ ਬਹੁਤ ਸਾਰੇ ਬੱਚੇ ਇਹਨਾਂ ਅਸਾਈਨਮੈਂਟਸ ਨੂੰ ਮਿਸ ਕਰ ਰਹੇ ਹਨ ਪਰ ਬੇਟਾ ਬਹੁਤ ਵਧੀਆ ਅਸਾਈਨਮੈਂਟਸ ਬਣੀਆਂ ਹੋਈਆਂ ਨੇ ਸੌਲਵਡ ਨੇ ਦੇਖੋ ਆਹ ਆਪਣੇ ਕੋਲ ਤਿੰਨ ਪੇਜਾਂ ਦੀ ਅਸਾਈਨਮੈਂਟ ਹੈ ਸਿਰਫ ਅੱਜ ਦੀ ਤੇ ਇਸ ਅਸਾਈਨਮੈਂਟ ਨੂੰ ਬੇਟਾ ਅਸੀਂ ਡਾਊਨਲੋਡ ਕਰਨਾ ਹੈ ਉੱਪਰ ਡਾਊਨਲੋਡ ਦਾ ਇਹ ਨਿਸ਼ਾਨ ਹੈ ਇੱਥੇ ਤੁਸੀਂ ਡਾਊਨਲੋਡ ਕਰੋਗੇ ਇਸ ਨੂੰ ਕਲਿਕ ਟਿਕ ਕਰਕੇ ਜਿਮੀ ਕਰੋਗੇ ਬੇਟਾ ਤਾਂ ਅਸਾਈਨਮੈਂਟ ਤੁਹਾਡੇ ਮੋਬਾਈਲ ਦੇ ਵਿੱਚ ਇਹ ਡਾਊਨਲੋਡ ਹੋਣੀ ਸ਼ੁਰੂ ਹੋ ਜੇਗੀ ਬੜੀਆਂ ਛੋਟੀਆਂ ਹੁੰਦੀਆਂ ਨੇ ਇੰਨਾ ਕੁ ਡਾਟਾ ਬੇਟਾ ਤੁਸੀਂ ਡੇਲੀ ਯੂਜ਼ ਕਰਦੇ ਹੋ ਸੋ ਇਹ 2-3 ਜਿਹੜੀ ਹੈਗੀ ਐ ਮਸੇ ਐਮਬੀ ਦੀ ਅਸਾਈਨਮੈਂਟ ਹੁੰਦੀ ਹੈ ਤੇ ਇਹਨਾਂ ਅਸਾਈਨਮੈਂਟਸ ਨੂੰ ਬੇਟਾ ਤੁਸੀਂ ਡਾਊਨਲੋਡ ਕਰਨਾ ਹੈ ਇਹ ਇੱਕ ਵਾਰ ਮੰਗੇਗਾ ਯੈਸ ਦੀ ਅਸੀਂ ਦਵਾਂਗੇ ਆਪਸ਼ਨ ਕਈ ਵਾਰ ਇਹ ਪੁੱਛਦਾ ਕਿ ਡਾਟਾ ਯੂਜ਼ ਕਰੇਗਾ ਤਾਂ ਅਸੀਂ ਉਸ ਨੂੰ ਅਲਾਉ ਕਰ ਦੇਣਾ ਦੇਖੋ ਅਸਾਈਨਮੈਂਟ ਡਾਊਨਲੋਡ ਹੋ ਗਈ ਬੇਟਾ ਜਦੋਂ ਮੈਂ ਇਸ ਅਸਾਈਨਮੈਂਟ ਨੂੰ ਓਪਨ ਕੀਤਾ ਤਾਂ ਇਹ ਆਪਣੇ ਮੋਬਾਈਲ ਦੇ ਵਿੱਚ ਓਪਨ ਹੋ ਗਈ ਅਸਾਈਨਮੈਂਟ ਨੰਬਰ 37 ਸਭ ਤੋਂ ਪਹਿਲਾਂ ਬੇਟਾ ਦੇਖੋ ਫਿਸ਼ਰੀ ਬਾਰੇ ਕੀ ਪੁਆਇੰਟਸ ਦਿੱਤੇ ਨੇ ਥੈਨ ਇਹਦੇ ਵਿੱਚ ਬੇਟਾ 1 ਨੰਬਰ ਦੇ ਕੁਐਸਚਨ 2 ਨੰਬਰ ਦੇ 3 ਨੰਬਰ ਦੇ 5 ਨੰਬਰ ਦੇ ਕੁਐਸਚਨ ਦਿੱਤੇ ਹੋਏ ਨੇ ਥੈਨ ਇਹਨਾਂ ਦੇ ਆਨਸਰਸ ਵੀ ਨੇ ਦੇਖੋ ਸਾਰੇ ਕੁਐਸਚਨਸ ਦੇ 1 ਨੰਬਰ ਵਾਲੇ 2 ਨੰਬਰ ਵਾਲੇ 5 ਨੰਬਰ ਵਾਲੇ ਸਾਰੇ ਕੁਐਸਚਨਸ ਦੀ ਆਨਸਰਸ ਵੀ ਨੇ ਕਿੰਨਾ ਅੱਛਾ ਸਾਡੇ ਲਈ ਮਟੀਰੀਅਲ ਦੇਖੋ ਤਿਆਰ ਕੀਤਾ ਹੋਇਆ ਹੈ ਟੀਚਰਸ ਨੇ ਬੜੀ ਮਿਹਨਤ ਨਾਲ ਜਿਹੜਾ ਹੈਗਾ ਮਟੀਰੀਅਲ ਤਿਆਰ ਕੀਤਾ ਹੋਇਆ ਹੈ ਬੇਟਾ ਸੋ ਅਸੀਂ ਇਹਨਾਂ ਦੀ ਮਿਹਨਤ ਨੂੰ ਬੇਟਾ ਯੂਜ਼ ਕਰੀਏ ਇਹਨਾਂ ਟੀਚਰਸ ਨੇ ਇਨੀ ਮਿਹਨਤ ਕੀਤੀ ਹੈ ਬੇਟਾ ਸੋ ਇਹ ਮਿਹਨਤ ਨੂੰ ਅਸੀਂ ਆਪਣੇ ਲਈ ਵਰਤ ਸਕਦੇ ਹਾਂ ਡਿਪਾਰਟਮੈਂਟ ਆਫ ਸਕੂਲ এডਿਕੇਸ਼ਨ ਇੰਨੇ ਜਿਆਦਾ ਐਫਰਟਸ ਕਰ ਰਿਹਾ ਹੈ ਤਾਂ ਬੇਟਾ ਇਹਨਾਂ ਸਾਰੇ ਐਫਰਟਸ ਨੂੰ ਆਪਾਂ ਆਪਣੇ ਫਾਇਦੇ ਦੇ ਲਈ ਜ਼ਰੂਰ ਵਰਤੀਏ ਤਾਂ ਇਹ ਸੀ ਗੱਲ ਅਸਾਈਨਮੈਂਟ ਦੀ ਇਸੇ ਪ੍ਰਕਾਰ ਦੀ కెਮਿਸਟਰੀ ਦੀ ਫਿਜ਼ਿਕਸ ਦੀ ਸਾਰੀਆਂ ਅਸਾਈਨਮੈਂਟਸ ਇਸ ਦੇ ਵਿੱਚ ਬੇਟਾ ਅਵੇਲੇਬਲ ਹੈਗੀਆਂ ਨੇ ਜਿਹੜਾ ਵੀ ਸਬਜੈਕਟ ਤੁਸੀਂ ਪੜਨਾ ਹੈ ਫਿਰ ਆ ਗਿਆ ਬੇਟਾ ਡੇਲੀ ਸਲਾਈਡ ਹੁਣ ਡੇਲੀ ਸਲਾਈਡ ਜਿਵੇਂ ਆਪਾਂ ਅਗਸਤ ਦੀ ਖੋਲਦੇ ਹਾਂ ਜੁਲਾਈ ਦੀ ਅਗਸਤ ਦੀ ਹੈ ਪ੍ਰੈਜ਼ੈਂਟ ਨੇ ਅਗਸਤ ਦੀ ਡੇਲੀ ਸਲਾਈਡ ਖੋਲਦੇ ਆਂ ਇਹ ਜਿਹੜੇ ਡੇਟ ਵਾਈਜ਼ ਹੈ ਜਿਵੇਂ ਮੰਨ ਲਓ ਅੱਜ ਆਪਣੇ ਕੋਲੇ 29th ਦੀ ਐ ਸਲਾਈਡ ਹੈ ਇਸ 29th ਦੀ ਸਲਾਈਡ ਨੂੰ ਮੈਂ ਬਟਾ ਇਥੋਂ ਓਪਨ ਕਰ ਰਹੇ ਆਂ ਤਾਂ ਜਦੋਂ ਇਹ ਓਪਨ ਕਰੂੰਗਾ ਇਸ ਨੂੰ ਇੱਕ ਵਾਰੀ ਆਪਾਂ ਆਪਣੇ ਮੋਬਾਈਲ ਦੇ ਵਿੱਚ ਡਾਊਨਲੋਡ ਵੀ ਕਰ ਸਕਦੇ ਆਂ ਇਥੋਂ ਵੀ ਦੇਖ ਸਕਦੇ ਆਂ ਜੇ ਨਹੀਂ ਡਾਊਨਲੋਡ ਕਰਨੀ ਇਥੋਂ ਵੀ ਦੇਖ ਸਕਦੇ ਹੋ ਤੁਸੀਂ ਜ਼ਰੂਰੀ ਨਹੀਂ ਹੈ ਡਾਊਨਲੋਡ ਕਰਨਾ ਇਹਦੇ ਵਿੱਚ ਤਾਂ ਹੈਗੀ ਹੈਗੀ ਹੈ ਜੇ ਮੈਂ ਚਲੋ ਆ ਇਸ ਵਾਰ ਆਪਾਂ ਡਾਊਨਲੋਡ ਕਰ ਲਈ ਪਰ ਆਪਾਂ ਡਾਊਨਲੋਡ ਵਾਲੀ ਨਹੀਂ ਦੇਖਦੇ ਆਪਾਂ ਇਹਦੇ ਵਿੱਚ ਹੀ ਦੇਖਦੇ ਹਾਂ ਸਕਰੀਨ 'ਚ ਹੀ ਹੈ ਦੇਖੋ ਤਿੰਨ ਪੇਜ ਨੇ 1 2 3 ਸਭ ਤੋਂ ਪਹਿਲੇ ਪੇਜ ਦੇ ਉੱਤੇ ਕੀ ਹੈ ਸਾਡੇ ਕੋਲੇ ਬਾਇਓ ਕੈਮਿਸਟਰੀ ਫਿਜ਼ਿਕਸ ਪਲੱਸ 1 ਦੇ ਤੇ ਪਲੱਸ 2 ਦੇ ਕਿਹੜੇ-ਕਿਹੜੇ ਲੈਕਚਰਸ ਅੱਜ ਟੀਵੀ ਦੇ ਉੱਤੇ ਆ ਰਹੇ ਹੈ ਤਾਂ ਇਹ ਐਨਸੀਆਰਟੀ ਦੇ ਚੈਨਲ ਸਵੈਮ ਪ੍ਰਵਾਹ ਦੇ ਉੱਤੇ ਆ ਸਾਰਾ ਚੈਨਲ ਨੰਬਰ ਵੀ ਦਿੱਤਾ ਹੋਇਆ ਹੈ ਕਿ ਤੁਹਾਡੇ ਕੋਲੇ ਜੇ ਡਿਸਟਰੀਬਿਊਟਰ ਕਿੰਨੇ ਨੰਬਰ ਚੈਨਲ ਤੇ ਜਾਊਗਾ ਫਾਸਟ ਵੇ ਤੇ ਕਿੰਨੇ ਤੇ ਜਾਊਗਾ ਤੇ ਸਾਰੇ ਬੇਟਾ ਕਿਹੜੇ-ਕਿਹੜੇ ਟੌਪਿਕ ਅੱਜ ਇਸ ਦੇ ਉੱਤੇ ਆ ਰਹੇ ਨੇ ਉਹ ਸਭ ਹੈਗੇ ਆ ਦੈਨ ਇੰਗਲਿਸ਼ ਦੇ ਹੈ ਦੈਨ ਜੀਡੀ ਸਬਜੈਕਟ ਦੀ ਅਸਾਈਨਮੈਂਟ ਹੈ ਜਿਵੇਂ ਬਾਈ ਦੀ ਅਸਾਈਨਮੈਂਟ ਹੈ ਅਸਾਈਨਮੈਂਟ ਇੱਥੋਂ ਵੀ ਖੁੱਲ ਜੂਗੀ ਇੱਥੋਂ ਕਲਿੱਕ ਕਰਾਂਗੇ ਤਾਂ ਇਹ ਆਟੋਮੈਟਿਕਲੀ ਸਾਨੂੰ ਬੇਟਾ ਰੀਡਾਇਰੈਕਟ ਕਰ ਦੂਗਾ ਕਿੱਥੇ ਕਰ ਦੂਗਾ ਸਾਨੂੰ ਸਾਡੀ ਉਸੇ ਅਸਾਈਨਮੈਂਟ ਦੇ ਉੱਤੇ ਲੈ ਜਾਊਗਾ ਦੇਖੋ ਪਲੱਸ 1 ਦੀ ਅਸਾਈਨਮੈਂਟ ਖੁੱਲ ਗਈ ਠੀਕ ਹੈ ਨਾ ਤਾਂ ਇਸ ਪ੍ਰਕਾਰ ਬੇਟਾ ਇਸ ਐਪ ਦੇ ਵਿੱਚ ਬਹੁਤ ਸਾਰੇ ਸਾਡਾ ਜੋ ਕੰਮ ਡੇਲੀ ਦਾ ਜਿਹੜਾ ਅਸੀਂ ਕਰ ਸਕਦੇ ਆਂ ਜਿਸ ਨੂੰ ਜੇ ਅਸੀਂ ਕਰਾਂਗੇ ਤਾਂ ਸਾਡੀ ਸਟੱਡੀ ਬਹੁਤ ਵਧੀਆ ਤਰੀਕੇ ਨਾਲ ਚੱਲੂਗੀ ਤਾਂ ਇਹ ਡੇਲੀ ਸਲਾਈਡ ਹਰ ਰੋਜ਼ ਬੱਚੇ ਨੇ ਐਪ ਖੋਲਣੀ ਖੋਲਣੀ ਹੈ ਡੇਲੀ ਸਲਾਈਡ ਡੇਲੀ ਅਸਾਈਨਮੈਂਟ ਤੇ ਲੈਕਚਰਸ ਦਾ ਸਾਰੀ ਪ੍ਰੈਜ਼ੈਂਟ ਨੇ ਬੇਟਾ ਇਸ ਦੇ ਵਿੱਚ ਸੋ ਇਹ ਕੰਮ ਹੈ ਇਸ ਦੇ ਵਿੱਚ ਬੇਟਾ ਸੀਨੀਅਰ ਸਕੈਂਡਰੀ ਦੇ ਵਿੱਚ ਆ ਗਿਆ ਇਸ ਤੋਂ ਇਲਾਵਾ ਉੱਪਰ ਸਪੋਕਨ ਇੰਗਲਿਸ਼ ਦਾ ਹੈਗਾ ਬੇਟਾ ਜਿਹੜੇ ਬੱਚੇ ਸਪੋਕਨ ਇੰਗਲਿਸ਼ ਦੇ ਵਿੱਚ ਆਪਣਾ ਮਟੀਰੀਅਲ ਦੇਖਣਾ ਚਾਹੁੰਦੇ ਨੇ ਐਨੀਮੇਟਿਡ ਵੀਡੀਓਜ਼ ਪ੍ਰੈਜ਼ੈਂਟ ਨੇ ਉਹ ਬੇਟਾ ਇਸ ਦੇ ਵਿੱਚ ਪ੍ਰੈਜ਼ੈਂਟ ਨੇ ਤਾਂ ਇਹ ਕੁਝ ਸੀਨੀਅਰ ਸਕੈਂਡਰੀ ਵਿੰਗ ਦੇ ਵਿੱਚ ਸਾਡੇ ਲਈ ਜਾ ਕੇ ਆਇਆ ਹੈ ਤੇ ਜੇ ਬਟਾ ਮੈਂ ਇਸ ਦੇ ਮੇਨ ਟਾਈਟਲ ਪੇਜ ਤੇ ਜਾਵਾਂ ਜਿੱਥੋਂ ਐਪ ਸਟਾਰਟ ਹੋਈ ਸੀ ਇੱਥੇ ਟੀਚਰ ਸਟੇਸ਼ਨ ਹੈ ਐਪ ਐਸ ਹੈ ਦੇਖੋ ਤਾਂ ਇਹ ਪੰਜਾਬ ਅਚੀਵਮੈਂਟ ਸਰਵੇ ਇਹਦੇ ਬਾਰੇ ਦੀ OMR ਸ਼ੀਟ ਕਿਹੋ ਜੀ ਹੋਊਗੀ ਉਹਦੇ ਰਿਵੀਜ਼ਨ ਕੁਐਸਚਨਸ ਬਟਾ ਇਸ ਦੇ ਪ੍ਰੀਵੀਅਸ ਈਅਰ ਕੁਐਸਚਨਸ ਹੈਗੇ ਨੇ ਇਹ ਸਭ ਬਟਾ ਮਟੀਰੀਅਲ ਇਸ ਦੇ ਵਿੱਚ ਇਹ ਵੀ ਪੰਜਾਬ ਅਚੀਵਮੈਂਟ ਸਰਵੇ ਬਾਰੇ ਜਿਹੜਾ ਪ੍ਰੈਜ਼ੈਂਟ ਹੈ ਬਟਾ ਇਹ ਹੀ ਜ਼ਿਆਦਾਤਰ ਕਲਾਸਾਂ ਦਾ ਹੋ ਗਿਆ ਦੇਖੋ ਜੀਓਗ੍ਰਾਫੀ ਦਾ ਹੋ ਗਿਆ ਹਿਸਟਰੀ ਦਾ ਹੋ ਗਿਆ ਸਾਡੇ ਹਜੇ ਬਾਇਓਲੋਜੀ ਸਬਜੈਕਟ ਦਾ ਅਪਲੋਡ ਨਹੀਂ ਹੋਇਆ ਇਹ ਵੀ ਕੁਛ ਦਿਨਾਂ ਚ ਮਟੀਰੀਅਲ ਅਪਲੋਡ ਹੋ ਜੂਗਾ ਡੇਲੀ ਦੇਖੋਗੇ ਤੁਹਾਨੂੰ ਬਹੁਤ ਕੁਛ ਵਿਟਾਇ ਇਸ ਲੈਪ ਦੇ ਵਿੱਚ ਸਿੱਖਣ ਨੂੰ ਮਿਲੂ ਹਰ ਰੋਜ਼ ਦਾ ਸ਼ਬਦ ਆ ਰਿਹਾ ਬੇਟਾ ਡੇਲੀ ਦਾ ਤੁਹਾਡਾ ਕੀ ਕੰਮ ਤੁਸੀਂ ਕਰਨਾ ਹੈ ਤੁਹਾਡੀਆਂ ਅਸਾਈਨਮੈਂਟਸ ਵਗੈਰਾ ਆ ਗਈਆਂ ਇਹਦੇ ਵਿੱਚ ਤੁਹਾਡਾ ਪੰਜਾਬੀ ਦਾ ਸ਼ਬਦ ਕੋਈ ਆ ਗਿਆ ਇੰਗਲਿਸ਼ ਦਾ ਕੋਈ ਵਰਡ ਆ ਗਿਆ ਹਰ ਰੋਜ਼ ਦੀ ਤੁਹਾਡੀ ਵੋਕੈਬਲਰੀ ਇਨਹਾਂਸ ਕਰਨ ਵਾਸਤੇ ਜਿਵੇਂ ਇੰਗਲਿਸ਼ ਦੇ ਵਰਡਸ ਆ ਗਏ ਸੋ ਸਾਡੀ ਬੋਕਾਇਬ ਨੂੰ ਇਨਹਾਂਸ ਕਰਨ ਵਾਸਤੇ ਆ ਹਰ ਰੋਜ਼ ਦਾ ਜਿਹੜਾ ਇੱਕ ਵਰਡ ਆ ਰਿਹਾ ਬੇਟਾ ਜਿਵੇਂ ਅੱਜ 29 ਤਰੀਕ ਦਾ ਜ ਵੜ ਆਇਆ ਹੈ ਜਿਹਦੇ ਵਿੱਚ ਅਸੀਂ ਫਲੋਰ ਜਾਂ ਜਿਹੜਾ ਹੈਗਾ ਜਿਹਦੀ ਚ ਅਸੀਂ ਫਲਾਰ ਦੀ ਗੱਲ ਕੀਤੀ ਹੈ ਸੋ ਫਲਾਰ ਦੇ ਵਿੱਚ ਅੱਗੇ ਫਲੋਰਸਟ ਕੀ ਹੁੰਦਾ ਹੈ ਫਲੋਰਲ ਕੀ ਹੁੰਦਾ ਹੈ ਉਹਦੇ ਬਾਰੇ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਦੱਸਿਆ ਹੋਇਆ ਹੈ ਸੋ ਇਸ ਪ੍ਰਕਾਰ ਤੁਸੀਂ ਚਾਰ ਚੀਜ਼ਾਂ ਇਸ ਤੋਂ ਡੇਲੀ ਕਰਨੀਆਂ ਹੀ ਕਰਨੀਆਂ ਨੇ ਕਿਹੜਾ ਕਿਹੜਾ ਬੇਟਾ ਤੁਸੀਂ ਕੰਮ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਬੇਟਾ ਅਸੀਂ ਆਪਣੀ ਇਸ ਐਪ ਦੇ ਵਿੱਚ ਜਾ ਕੇ ਸੀਨੀਅਰ ਸਕੈਂਡਰੀ ਸਟੂਡੈਂਟ ਕਾਰਨਰ ਦੇ ਵਿੱਚ ਜਾਵਾਂਗੇ ਸਕੈਂਡਰੀ ਜਾਂ ਸੀਨੀਅਰ ਸਕੈਂਡਰੀ ਜਿਹੜਾ ਵੀ ਤੁਹਾਡੀ ਕਲਾਸ ਹੈਗੀ ਓ ਉਸ ਵਿੰਗ ਦੇ ਵਿੱਚ ਜਾ ਕੇ ਤੁਸੀਂ ਡੇਲੀ ਸਲਾਈਡ ਡੇਲੀ ਅਸਾਈਨਮੈਂਟ ਤੇ ਲੈਕਚਰ ਤਿੰਨ ਚੀਜ਼ਾਂ ਤਾਂ ਇਹ ਤੇ ਇਸ ਤੋਂ ਬਾਅਦ ਦੇ ਵਿੱਚ ਬਟਾ ਜਦੋਂ ਅਸੀਂ ਬਾਹਰ ਆ ਜੰਨੇ ਆ ਤਾਂ ਸਾਡੇ ਕੋਲ ਇੱਥੇ ਪੰਜਾਬ ਅਚੀਵਮੈਂਟ ਸਰਵੇ ਤੇ ਅੱਜ ਦਾ ਸ਼ਬਦ ਇਹ ਆਉਂਦੀ ਹੈ ਇਹਨਾਂ ਸਭ ਨੂੰ ਤੁਸੀਂ ਡੇਲੀ ਬਟਾ ਐਪ ਨੂੰ ਯੂਜ਼ ਕਰਨਾ ਸੋ ਐਪ ਬਾਰੇ ਮੈਂ ਤੁਹਾਨੂੰ ਸਭ ਦੱਸਦਾ ਮੈਂ ਉਮੀਦ ਕਰਦਾ ਕਿ ਤੁਹਾਡੇ ਇਹ ਐਪ ਜ਼ਰੂਰ ਕੰਮ ਆਊਗੀ ਸਾਰੇ ਸਟੂਡੈਂਟ ਵੀਡੀਓ ਨੂੰ ਧਿਆਨ ਨਾਲ ਦੇਖਣ ਤੇ ਐਪ ਨੂੰ ਯੂਜ਼ ਕਰਨ ਥੈਂਕ ਯੂ ਬਟਾ